ਸਤਿ ਸ਼੍ਰੀ ਅਕਾਲ ਜੀ, ਅਸੀਂ ਲਾਈਵ ਹਾਂ ਹੁਣ। ਸੋਰੀ, ਐਕਚੁਲੀ ਮੈਂ ਫੰਕਸ਼ਨ 'ਤੇ ਜਾ ਰਹੀ ਸੀ ਅਤੇ ਮੈਂ ਪੂਰਾ ਤਿਆਰ ਹਾਂ। ਪਹਿਲਾਂ ਤਾਂ ਥੈਂਕ ਯੂ ਸੋ ਮੱਚ, ਹਾਈ ਸਟੈਂਡਰਡ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ, ਇੰਨਾ ਜ਼ਿਆਦਾ। ਮੈਂ ਟੋਟਲੀ ਫੇਕ ਵਿਊਜ਼ ਦੇ ਖਿਲਾਫ ਸੀਗੀ, ਟੋਟਲੀ। ਔਰ ਜਦੋਂ ਅੱਜ ਬੰਟੀ ਜੀ ਦਾ ਫੋਨ ਆਇਆ ਕਿ ਅਸੀਂ ਜਿਵੇਂ ਇੰਨੇ ਕੁ ਜ਼ਿਆਦਾ ਖੁਸ਼ ਹਾਂ ਕਿ ਮਤਲਬ 1% ਵੀ ਨਾ ਕੋਈ ਐਡ ਨਾ ਕੁਛ ਹੋਰ, ਜਸਟ ਅਸੀਂ ਜਿਹੜੀ ਥੋੜੀ ਬਹੁਤ ਪ੍ਰਮੋਸ਼ਨ ਕੀਤੀ ਆ, ਹਨਾ, ਮੈਨੂੰ ਇੰਨੀ ਕੁ ਜ਼ਿਆਦਾ ਸ਼ੇਅਰਿੰਗ ਹੋਈ ਆ, ਇੰਨੀ ਕੁ ਜ਼ਿਆਦਾ ਸ਼ੇਅਰਿੰਗ ਹੋਈ ਆ। ਜਿਹੜੇ ਮੀਡੀਆ ਪੇਜਿਸ ਹੁੰਦੇ ਨੇ, ਜਿਹੜੇ ਹੋਰ ਇੰਨੇ ਜ਼ਿਆਦਾ ਪੇਜਿਸ ਹੁੰਦੇ ਨੇ, ਹਨਾ, ਉਹਨਾਂ ਤੋਂ ਇੰਨੀ ਕੁ ਜ਼ਿਆਦਾ ਸ਼ੇਅਰਿੰਗ ਹੋਈ ਆ ਕਿ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਪਈ ਹੈਗੀ। ਅਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ, ਇੰਨੀ ਕੁ ਜ਼ਿਆਦਾ ਖੁਸ਼ੀ ਹੋਈ, ਮੇਰੀ ਮਿਹਨਤ ਸੀਗੀ ਬਹੁਤ ਜ਼ਿਆਦਾ। ਅਤੇ ਬਾਕੀ ਰਹੀ ਗੱਲ, ਜੇ ਕੋਈ ਕਮੀ ਰਹਿ ਗਈ ਹੋਊਗੀ, ਐਜ਼ ਅ ਇੰਡੀਵਿਜੁਅਲ ਮੈਂ ਇਕੱਲੀ ਨੇ ਸਾਰਾ ਕੁਛ ਕੀਤਾ ਸੀਗਾ, ਅਤੇ ਬਾਅਦ 'ਚ ਫਿਰ ਥੋੜ੍ਹਾ ਜਿਹਾ ਕਾਫਿਲਾ ਜੁੜਿਆ, ਵਨ ਡਿਜੀਟਲ, ਗੁਰਪ੍ਰੀਤ ਖੇਤਲਾ ਜੀ ਅਤੇ ਬੰਟੀ ਬੈਂਸ ਜੀ, ਅਤੇ ਜਿਵੇਂ ਬਾਅਦ 'ਚ ਜੁੜੇ ਅਤੇ ਉਹਨਾਂ ਨੇ ਸਫਲ ਬਣਾਇਆ, ਹੈ ਨਾ। ਅਤੇ ਐਵੈਕਸ ਅਤੇ ਫਾਈਨਲੀ ਜਿਵੇਂ ਉਹਨੂੰ ਰਿਲੀਜ਼ ਹੋਇਆ, ਹੈ ਨਾ। ਅਤੇ ਬਟ ਮੈਨੂੰ ਪਤਾ ਆ ਕਿੰਨੀ ਪ੍ਰੋਬਲਮਸ ਕ੍ਰੀਏਟ ਹੋਈਆਂ ਨੇ, ਹੈ ਨਾ, ਅਤੇ ਥੋੜ੍ਹੀ ਬਹੁਤ ਅਗਰ ਕਮੀ ਰਹਿ ਗਈ ਹੋਗੀ, ਆਈ ਨੋ ਵੀਡੀਓ ਐਵੈਕਸ ਨੇ ਇੰਨੀ ਕੁ ਜ਼ਿਆਦਾ ਸੋਹਣੀ ਬਣਾਈ ਆ, ਹੈ ਨਾ। ਅਤੇ ਪਰ ਜਿਵੇਂ ਕੁਛ ਵੈਦਰ ਕੰਡੀਸ਼ਨਸ ਕਰਕੇ, ਅਤੇ ਜਿਵੇਂ ਇੱਕ ਕਹਿ ਲਓ ਕਿ ਮੈਨੂੰ ਜਿੰਨਾ ਹੋ ਸਕਦਾ ਸੀ, ਬਟ ਇਹ ਮੇਰਾ 200% ਨਹੀਂ ਹੈਗਾ। ਅਤੇ ਰਹੀ ਗੱਲ ਜਿਹੜੀ ਮੇਰੀ ਟੀਮ ਆ, ਹੈ ਨਾ, ਜੋਤ ਬਹੂਆ, ਬਹੂਆ ਮੈਂ ਆਪਣੇ ਪੇਜ ਮੈਨੇਜਰ ਨੂੰ ਬਹੂਆ ਕਹਿੰਦੀ ਹਾਂ, ਹੈ ਨਾ, ਅਤੇ ਉਹ ਮੇਰਾ ਛੋਟਾ ਭਰਾ ਆ, ਉਹਨੇ ਮੇਰੀ ਇੰਨੀ ਹੈਲਪ ਕੀਤੀ ਆ, ਇੰਨੇ ਐਕਸਾਈਟਡ ਸੀਗੇ। ਬਟ ਮੈਂ ਉਸ ਦਿਨ ਤੋਂ ਇੰਨੀ ਕੁ ਜ਼ਿਆਦਾ ਬਲੈਂਕ ਬੈਠੀ ਹੋਈ ਸੀਗੀ ਕਿ ਮੈਂ ਕੁਛ ਨਹੀਂ ਸੋਚਣਾ ਚਾਹੁੰਦੀ, ਹੈ ਨਾ। ਪਰ ਸਟਿਲ ਮਤਲਬ ਜਿਨ੍ਹਾਂ ਜਿਨ੍ਹਾਂ ਨੇ ਸ਼ੇਅਰ ਕੀਤਾ, ਹੈ ਨਾ, ਮੈਂ ਕਿਸੇ ਇੱਕ ਸਿੰਗਲ ਬੰਦੇ ਨੂੰ ਨਹੀਂ ਕਿਹਾ ਸ਼ੇਅਰਿੰਗ ਵਾਸਤੇ, ਬਿਕੋਜ਼ ਮੈਂ ਚਾਹੁੰਦੀ ਸੀਗੀ ਕਿ ਜੇ ਉਹਨਾਂ ਨੂੰ ਲੱਗਿਆ ਕਿ ਸ਼ੇਅਰ ਕਰਨ ਵਾਲਾ ਚਾਹੀਦਾ ਆ, ਹੈ ਨਾ, ਸ਼ੇਅਰ ਹੋਣਾ ਚਾਹੀਦਾ, ਤਾਂ ਉਹਨਾਂ ਨੇ ਮੈਨੂੰ ਸ਼ੇਅਰ ਕਰਨਗੇ, ਔਰ ਹੋਇਆ ਵੀ, ਹੈ ਨਾ। ਲਾਈਕ ਆਈ ਫੀਲ ਲਾਈਕ ਅ ਫੈਮਿਲੀ, ਨਿੰਜਾ ਨੇ ਸ਼ੇਅਰ ਕੀਤਾ, ਉਮੇਸ਼ ਭਾਜੀ ਥੈਂਕ ਯੂ, ਅਤੇ ਗੁਰਨਜ਼ਰ ਨੇ ਸ਼ੇਅਰ ਕੀਤਾ, ਹੈ ਨਾ, ਅਤੇ ਥੈਂਕ ਯੂ ਸੋ ਮੱਚ ਕਿ ਸੀ ਸ਼ੇਅਰ ਕੀਤਾ, ਮੈਨੂੰ ਵਿਸ਼ਿਸ ਭੇਜੀਆਂ, ਹੈ ਨਾ। 2 ਦਿਨ ਤੋਂ ਮੇਰਾ ਫੋਨ ਭਰ ਰਿਹਾ ਇੰਨਾ ਕੁ ਜ਼ਿਆਦਾ ਵਿਸ਼ਿਸ ਨਾਲ, ਥੈਂਕ ਯੂ ਸੋ ਮੱਚ। ਸੀਰੀਅਸਲੀ ਅਗਰ ਕੋਈ ਕਮੀ ਰਹਿ ਗਈ ਹੋਊਗੀ ਮੈਂ ਪੂਰਾ ਕਰੂੰਗੀ, ਔਰ ਡੈਫੀਨੇਟਲੀ ਮੈਨੂੰ ਇੰਨਾ ਯਕੀਨ ਹੈਗਾ ਵੀ ਜੇ ਤੁਸੀਂ ਸ਼ੋਅ 'ਤੇ ਆਉਂਗੇ, ਮੇਰੇ ਅੱਧਿਆਂ ਨੇ ਦੇਖਿਆ ਆ, ਅੱਧਿਆਂ ਨੂੰ ਹੋਰ, ਮੈਂ ਸ਼ੋਅ ਐਜ਼ ਅ ਪਰਫਾਰਮਰ, ਮੈਨੂੰ ਬਹੁਤ ਪੋਜ਼ਿਟਿਵ ਰਿਸਪੋਂਸ ਆਇਆ ਆ, ਅਤੇ ਬਹੁਤ ਜਲਦੀ ਜਿੱਥੇ ਜਿੱਥੇ ਹੋ ਸਕਿਆ ਤੁਸੀਂ ਉਸ ਚੀਜ਼ ਦੇ ਗਵਾਹ ਬਣੇ ਹੋ, ਹੈ ਨਾ। ਅਤੇ ਕਮਰਸ਼ੀਅਲੀ ਥੋੜ੍ਹੀ ਬਹੁਤ ਵੋਇਸ ਜਿਹੜੀ ਹੁੰਦੀ ਆ, ਹੈ ਨਾ, ਅਸੀਂ ਉਹਨੂੰ ਐਜ਼ ਅ ਪ੍ਰੋਜੈਕਟ ਦੇ ਅਕੋਰਡਿੰਗ ਮੋਲਡ ਕਰਦੇ ਹਾਂ। ਅਤੇ ਬਹੁਤ ਬਹੁਤ ਸ਼ੁਕਰੀਆ ਵੀਨਸ ਮੂਵੀਜ਼, ਸਾਵਨ ਦਾ ਫੇਸਬੁੱਕ, ਅਤੇ ਗੁਰਪ੍ਰੀਤ ਵਨ ਡਿਜੀਟਲ, ਗੁਰਪ੍ਰੀਤ ਖੇਤਲਾ, 3-4 ਜਾਣਿਆਂ ਨੇ ਮਤਲਬ ਮੇਰਾ ਇੰਨਾ ਕੁ ਜ਼ਿਆਦਾ ਸਾਥ ਦਿੱਤਾ, ਹੈ ਨਾ, ਮੇਰੀ ਮਤਲਬ ਮੈਨੂੰ ਸਮਝਿਆ ਔਰ ਮੈਨੂੰ ਸਪੋਰਟ ਕੀਤਾ। ਅਤੇ ਮੇਰਾ ਛੋਟਾ ਬ੍ਰਦਰ ਜੀ ਮੈਸੇਜ ਕਰ ਰਿਹਾ, ਹਿਤੇਸ਼ ਖੁਰਾਨਾ, ਵਾਈ ਆਰ ਯੂ ਲਾਫਿੰਗ, ਕਿਉਂ ਦੰਦ ਕਿਉਂ ਕੱਢ ਰਿਹਾ ਹਿਤੇਸ਼? ਮੇਰਾ ਬ੍ਰਦਰ ਬੈਠਾ ਆ ਹੁਣ ਕੈਨੇਡਾ, ਅਤੇ ਮੇਰੀ ਬਾਕੀ ਟੀਮ ਆ, ਜਿਵੇਂ ਰਾਜਨ, ਥੈਂਕ ਯੂ ਸੋ ਮੱਚ ਰਾਜਨ, ਅਤੇ ਮੇਰੀ ਮੈਨੇਜਰ ਨਿਧੀ, ਉਹਦਾ ਬਹੁਤ ਸਿਰ ਖਾਧਾ ਮੈਂ ਫਰਸਟ੍ਰੇਸ਼ਨ ਦੇ ਵਿੱਚ, ਬੜੀ ਵਾਰੀ ਉਹਨੂੰ ਕਾਲ ਕੀਤਾ, ਹੈ ਨਾ। ਅਤੇ ਮੇਰੇ ਜਿਹੜੇ ਡਿਜ਼ਾਈਨਰਸ ਨੇ, ਥੈਂਕ ਯੂ ਸੋ ਮੱਚ ਹਰ ਚੀਜ਼ ਲਈ। ਅਤੇ ਪ੍ਰੀਤੀ ਦਾ ਬਹੁਤ ਥੈਂਕ ਯੂ, ਪ੍ਰੀਤੀ ਕੈਨੇਡਾ ਤੋਂ, ਅਤੇ ਏਵੈਕਸ ਐਂਡ ਟੀਮ, ਪੰਜਾਬੀ ਲੋਕ, ਥੈਂਕ ਯੂ ਸੋ ਮੱਚ। ਮੇਰਾ ਪੰਜਾਬੀ ਵੈਬਸਾਈਟ ਵੀ ਲਵ ਚੰਡੀਗੜ੍ਹ, ਪੱਕੇ ਕੈਨੇਡਾ ਵਾਲੇ ਜਿਹੜੇ ਮੇਰੇ ਉੱਪਰ ਉੱਪਰ ਤੋਂ ਨਾਮ ਯਾਦ ਨੇ, ਹੈ ਨਾ, ਵਿਟੀ ਇੰਡੀਅਨ, ਮੈਨੂੰ ਇੰਨਾ ਸਪੋਰਟ ਕੀਤਾ ਸਾਰਿਆਂ ਨੇ, ਮਤਲਬ ਸ਼ੇਅਰਿੰਗ ਕਰ ਕਰਕੇ ਮੈਨੂੰ ਭੇਜੀ ਆ, ਹਾਂ, ਥੈਂਕ ਯੂ ਸੋ ਮੱਚ। ਸਪੈਸ਼ਲੀ ਇੱਕ ਰਿਕੁਐਸਟ ਆ, ਗਾਣਾ ਤੁਸੀਂ ਸਿਰਫ਼ ਔਰ ਸਿਰਫ਼ ਕਾਰ ਦੇ ਵਿੱਚ ਸੁਣਿਓ, ਸਪੈਸ਼ਲੀ ਕਾਰ ਵਾਸਤੇ ਬਣਿਆ, ਔਰ
ਜੋ ਮੈਂ ਪਰਸਨਲੀ ਓਨੈਸਟਲੀ ਫੀਲ ਕਰਦੀ ਹਾਂ ਰਾਤ ਨੂੰ ਕਾਰ ਦੇ ਵਿੱਚ ਸੁਣਿਓ ਅਤੇ ਤੁਹਾਨੂੰ ਵਧੀਆ ਲੱਗੂਗਾ। ਹਾਂ ਕਮੈਂਟ ਆ ਰਹੇ ਨੇ ਓਪੋ ਹਾਂ ਪ੍ਰਾਊਡ ਟੂ ਬੀ ਓਪੋ ਯੂਜ਼ਰ। ਹਾਂ ਮੇਰੇ ਕੋਲ ਓਪੋ ਹੈਗਾ ਬਿਕੋਜ਼ ਮੈਂ ਐਂਡਰਾਇਡ ਯੂਜ਼ਰ ਹਾਂ ਅਤੇ ਮੇਰਾ ਹੱਥ ਬਹੁਤ ਛੇਤੀ ਛੇਤੀ ਚੱਲਦਾ ਉਹਦੇ 'ਤੇ ਅਤੇ ਐਪਲ ਦਾ ਮੇਰੇ ਕੋਲ ਬਹੁਤ ਕੁਛ ਹੈਗਾ ਆ ਬਟ ਸਟਿਲ ਲੈਟ ਇਟ ਬੀ। ਅਤੇ ਫਿਰ ਹਿਤੇਸ਼ ਹੱਸ ਰਿਹਾ ਆ ਸਾਰਿਆਂ ਦੇ ਹੀ ਆਈ ਲਵ ਯੂ ਆਈ ਲਵ ਯੂ। ਗੋਡ ਬਲੈਸ ਯੂ ਥੈਂਕ ਯੂ। ਸਾਰੇ ਦੁਆਵਾਂ ਦੇ ਰਹੇ ਨੇ ਮੈਨੂੰ ਵਾਹ 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 ਗੋਡ ਬਲੈਸ ਯਾ ਦਿਲ ਵਾਲੇ ਈਮੋ ਖੁਰਾਨਾ ਕੁਲਵੰਤ ਯੂ ਆਰ ਲਾਈਕ ਮਾਈ ਡੋਟਰ ਥੈਂਕ ਯੂ ਸੋ ਮਚ ਅੰਕਲ। ਹਿਤੇਸ਼ ਖੁਰਾਨਾ ਮੇਰਾ ਮੈਸੇਜ ਵੱਡਾ ਵੱਡਾ ਫਲੈਸ਼ ਕਰੋ ਕੋਈ ਕਨੇਡਾ ਨਾ ਆਵੇ ਉੱਤਰ ਗਿਆ ਭੂਤ ਕੈਨੇਡਾ ਦਾ ਮੇਰਾ ਛੋਟਾ ਬ੍ਰਦਰ ਜੀ ਕਹਿਵੇ ਮੈਂ ਕੈਨੇਡਾ ਜਾ ਕੇ ਮੱਥਾ ਟੇਕੂੰਗਾ ਕੈਨੇਡਾ ਮੇਰੀ ਧਰਤੀ ਮਾਂ ਅਤੇ ਹੁਣ ਵਿਚਾਰੇ ਦਾ ਭੂਤ ਉੱਤਰ ਗਿਆ। ਨਹੀਂ ਹੁਣ ਤਾਂ ਦੀਦੀ ਹੁਣ ਦੀਦੀ ਤੈਨੂੰ ਯਾਦ ਆਉਂਦੀ ਹੋਣੀ ਹੈ ਨਾ ਜਦ ਤਾਂ ਮੈਂ ਕਹਿੰਦੀ ਸੀਗੀ ਪੰਜਾਬ ਬੈਸਟ ਹੈ ਹਰ ਪਾਸੇ। ਉਹ ਪਰਪਿੰਦਰ ਵਿਰਕ ਪਰਮਾਤਮਾ ਚੜ੍ਹਦੀ ਕਲਾ ਰੱਖਣ ਇਹ ਤਾਂ ਕੋਈ ਚੱਕਵਾ ਜਿਹਾ ਕਮੈਂਟ ਨਹੀਂ ਹੋਇਆ। ਗਾਣੇ ਨੂੰ ਲੈ ਕੇ ਸਾਰੇ ਜਾਣੇ ਇੰਨਾ ਪੋਜ਼ਿਟਿਵ ਆਈ ਐਮ ਸਟਿਲ 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 ਤੁਹਾਡੀ ਰਿਣੀ ਹੋ ਗਈ ਮੈਂ ਬਹੁਤ ਜ਼ਿਆਦਾ ਸਪੋਰਟ ਕੀਤਾ ਥੈਂਕ ਯੂ ਸੋ ਮੱਚ। ਔਰਗੈਨਿਕ ਔਰਗੈਨਿਕ ਵਿਊ ਹੋਏ ਨੇ ਔਰ ਮੈਂ ਇੰਨੀ ਖੁਸ਼ ਹਾਂ ਬਿਕੋਜ਼ ਫੇਕ ਵਿਊ ਪਾਉਣ ਨਾਲ ਨਾ ਕੰਪਨੀ ਨੂੰ ਕੋਈ ਫਾਇਦਾ ਨਹੀਂ ਹੁੰਦਾ ਔਰ ਬਹੁਤ ਲੋਕਾਂ ਆਈ ਨੋ ਇਮੇਜ ਥੋੜ੍ਹੀ ਖਰਾਬ ਹੋਈ ਹੋਈ ਆ ਆਈ ਨੋ ਕਈਆਂ ਨੂੰ ਯਕੀਨ ਨਹੀਂ ਆਉਂਦਾ ਬਟ ਸਟੈਟਸ ਅਗਰ ਮੈਂ ਦਿਖਾ ਸਕਦੀ ਤਾਂ ਮੈਂ ਦਿਖਾ ਦੂੰਗੀ ਤੁਹਾਨੂੰ ਜਾਂ ਫਿਰ ਅਗਰ ਅਲਾਓ ਕੀਤਾ ਕੰਪਨੀ ਨੇ ਬਿਲਕੁਲ ਔਰਗੈਨਿਕ ਵਿਊ ਨੇ ਔਰ ਉਹਨਾਂ ਦੇ ਪੈਸੇ ਪੂਰੇ ਹੋਣਗੇ ਉਸ ਵਿਊਜ਼ ਦੇ ਥਰੂ। ਸੋ ਫਿਰ ਅਗਰ ਜੈਨੂਇਨਲੀ ਵਿਊ ਆਉਂਦੇ ਨੇ ਨਾ ਤਾਂ ਬਹੁਤ ਬਹੁਤ ਵਧੀਆ ਗੱਲ ਆ ਔਰ ਮੈਨੂੰ ਐਟਲੀਸਟ ਮੈਨੂੰ ਆਪਣੀ ਔਕਾਤ ਪਤਾ ਲੱਗਦੀ ਹੈ ਕਿ ਮੈਨੂੰ ਕਿੰਨੇ ਕੁ ਜਾਣੇ ਫੋਲੋ ਕਰਦੇ ਨੇ ਕਿੰਨੇ ਕੁ ਜਾਣੇ ਮੈਨੂੰ ਸਪੋਰਟ ਕਰਦੇ ਨੇ ਔਰ ਉਹ ਮੈਨੂੰ ਪਤਾ ਲੱਗ ਗਿਆ 24 hours ਅਪਰੋਕਸ 24 hours ਦੇ ਵਿੱਚ 11 lakh ਵਿਊ ਸੀਗੇ ਠੀਕ ਹੈ। ਅਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਬਟ ਸਟਿਲ ਮੈਂ ਹਾਲੇ ਕੁਛ ਫੀਲ ਨਹੀਂ ਕਰ ਪਾ ਰਹੀ। ਮੈਨੂੰ ਸਾਰੇ ਜਣੇ ਬੋਲ ਰਹੇ ਆ ਕਿ ਯੂ ਸ਼ੁੱਡ ਫੀਲ ਬਟ ਮੈਨੂੰ ਕੁਛ ਹਾਲੇ ਫੀਲ ਨਹੀਂ ਹੋ ਰਿਹਾ ਕਿਉਂਕਿ ਮੈਂ ਫੀਲ ਕਰਨਾ ਵੀ ਨਹੀਂ ਚਾਹੁੰਦੀ ਠੀਕ ਹੈ।